हेलो जी, अस्सलाम वालेकुम दोस्तों। आज मेरे नाल दो एक्सपीरियंस उस्ताद मौजूद ने, भाई वाहद साहब ते भाई अजीम साहब। असल आज एक छोटा जिहा तुहानू वीडियो एक बनाउणी सी, शेयर करनी सी दोस्तों। क्या मीटर जिहड़ा आ आरपीएम मीटर, तुहाडे चों बहुत सारे लोग तो जानते ही होणगे इहदे बारे, इह उहनां वास्ते वीडियो नहीं है जिहड़े जानते ने, जिहड़े नहीं जानते वीडियो उहनां वास्ते है। भाई वाहद ते भाई अजीम दसणगे आपां नूं कि इह वाला मीटर जिहड़ा ट्रैक्टर दा इहदा की मकसद है, किवें काम करदा है। अजीम भाई, ये आरपीएम मीटर का सानू कुछ दसो, ये रोशनी पाओ। असल में मेन चीज़ मैं पूछना चाहता सी कि यदा जिहड़ा है यदा घंटिया वाला मीटर आ, जिहड़े फिगर चलते हैं वो किस तरीके काम करते, वह सानू किदां अंदाजा आता भी ट्रैक्टर इन्ने घंटे चल गया। हुण आपां तां सीधा सीधा एक अंदाजा रखिया भी आ फिगर डिग गया, हुण जी 6 हो गए घंटे, हुण 7 हो गए, ये घंटा डिगदा किदां आ? घड़ी दे मीटर टाइम दे हिसाब ने घंटा डिगदा जां होर कोई तरीका कार आ इहदा? अस्सलाम वालेकुम जी, सारे दोस्तों की हाल है जी? ठीक हो गए उम्मीद करते हैं जी। ਯਾਸਰ ਭਾਈ, ਆਪਣਾ ਫਸਟ ਆਫ ਆਲ ਦਾ ਇਹ ਆਰਪੀਐਮ ਰਨ ਪਰ ਮਿੰਟ, ਹਾਂਜੀ, ਤੇ ਬੇਸਿਕਲੀ ਇਹ ਕਨੈਕਟਡ ਦੇ ਚੱਕਰ ਆਪਣਾ ਸੋਰੀ ਕ੍ਰੈਂਕ ਦੇ ਚੱਕਰ ਹੁੰਦੇ ਆ। ਸਹੀ ਹੈ ਜੀ, ਕ੍ਰੈਂਕ ਦੇ ਚੱਕਰ ਹੁੰਦੇ ਬੇਸਿਕਲੀ, ਤਾਂ ਆਪਣਾ ਜਿਹੜੀ ਮੂਵਮੈਂਟ ਹੁੰਦੀ ਹੈ ਆਪਣਾ ਕ੍ਰੈਂਕ, ਸਹੀ ਜੀ, ਹਾਂਜੀ, ਉਹ ਸ਼ੋ ਕਰਦੀ ਹੈ। ਸਹੀ, ਇਹਨੂੰ ਮਲਟੀਪਲਾਈ ਕੀਤਾ ਹੁੰਦਾ ਉਹਨਾਂ ਨੇ ਆਪਣਾ 100 ਨਾਲ, 1500, 1600, 1700, 1800, 1800, 2000, 2200, ਹਾਂਜੀ, ਉਹ ਪਰ ਮਿੰਟ ਹੁੰਦਾ। ਯਾਨੀ ਕਿ ਵੀ ਅਗਰ 1500 ਦੀ ਆਪਣਾ ਤੁਹਾਡੀ ਸੂਈ ਹੈ ਨਾ, ਹਾਂਜੀ, ਤੇ ਉਹ 1500 ਚੱਕਰ ਪਰ ਮਿੰਟ ਹੋਏਗਾ ਕ੍ਰੈਂਕ ਦਾ। ਸਹੀ ਹੈ, ਉਹਦਾ ਰੋਟੇਸ਼ਨ ਜਿਹੜੀ ਇਹਦਾ ਹੋਏਗੀ ਨਾ, ਉਹ 1500 ਹੋਏਗੀ। ਸਹੀ, ਤੇ ਬਾਕੀ ਦੇ ਥੱਲੇ ਆ 150 ਨਜ਼ਰ ਆਉਂਦੇ ਆ, ਹਾਂਜੀ, ਇਹ ਹੁੰਦੇ ਆਵਰ ਮੀਟਰ। ਸਹੀ, ਯਾਨੀ ਕਿ ਘੰਟੇ। ਸਹੀ, ਤੇ ਹਰ ਮੀਟਰ ਦਾ ਤੇ ਆਪਣਾ ਡਿਫਰੈਂਟ ਕ੍ਰਾਈਟੇਰੀਆ ਹੁੰਦਾ ਵਾ ਘੰਟੇ ਡਿੱਗਣ ਦਾ। ਸਹੀ, ਜਿਵੇਂ ਕਿ ਇਹਦੇ ਉੱਪਰ ਲਿਖਿਆ ਯਾਸਰ ਭਾਈ 1500 ਪਰ ਮਿੰਟ, ਇਹਦੇ ਉੱਪਰ ਨਹੀਂ ਲਿਖਿਆ। ਇਹਦੇ ਵਿੱਚ ਕੁਛ ਲੋਕ ਐਸੇ ਹੁੰਦੇ ਆ ਜਿਹਦੇ ਲਿਖਿਆ ਹੁੰਦਾ ਵਾ ਕਿ ਆਵਰ ਐਟ ਦਾ ਰੇਟ ਆਫ 1800। ਸਹੀ, ਜਿਹੜਾ ਮੈਸੇਜ ਆਇਆ ਮੀਟਰ ਆ ਨਾ, ਅਗਰ ਇਹ 1800 ਦੇ ਟਰੈਕਟਰ ਚੱਲੇਗਾ ਨਾ, ਹਾਂਜੀ, ਤੇ ਫਿਰ ਇਹ 1 ਘੰਟਾ ਆਪਣਾ ਘੜੀ ਦੇ ਮੁਤਾਬਕ ਡਿੱਗੇਗਾ। ਸਹੀ, 1800 ਦੇ ਚੱਲੇਗਾ। ਸਹੀ, ਅਗਰ 1800 ਦੇ ਕੰਮ ਹੋਏਗਾ ਤੇ ਘੰਟਾ ਲੇਟ ਡਿੱਗੇਗਾ, ਇਹਦੇ ਜੋ ਸਮਝ। ਅਗਰ ਇਹਦਾ 1800 ਤੋਂ ਪਲੱਸ ਜਾਂਦਾ ਹੈ ਇਹਦਾ ਆਪਣਾ, ਹਾਂਜੀ, ਤੇ ਫਿਰ ਉਹ ਘੰਟਾ ਉਸਨੇ ਜਲਦੀ ਡਿੱਗੇਗਾ। ਯਾਨੀ ਕਿ ਬੇਸਿਕ ਆਪਣਾ ਉਹਨੇ 1800 ਤੇ ਰੱਖਿਆ ਹੋਇਆ, 1800 ਦੀ ਸੈਟਿੰਗ ਇਸ ਹਿਸਾਬ ਨਾਲ ਹੈ, ਹਾਂਜੀ, ਟਰੈਕਟਰ 1800 ਤੇ ਆਪਣਾ ਫੀਲਡ 'ਚ ਕੰਮ ਕਰ ਰਿਹਾ ਹੈ। ਸਹੀ ਹੈ, ਤੇ ਉਹ 1 ਘੰਟਾ ਮਹਿਰ ਕਰ ਲਓ ਅਗਰ ਟਾਈਮ ਨੂੰ, ਹਾਂਜੀ, ਤੇ ਉਹ ਆਪਣਾ ਘੜੀ ਦਾ ਵੀ ਉਹਦੇ ਘੰਟਾ ਡਿੱਗੇਗਾ ਤੇ ਇਹ ਵੀ 1 ਉਹਦਾ ਡਿੱਗੇਗਾ। ਸਹੀ, ਅੱਛਾ, ਉਸ ਤੋਂ ਇਲਾਵਾ ਇਹਦੇ ਹੁੰਦੇ ਆ 1, 2, 3 ਅਗਲੇ ਜਿਹੜੇ ਨੇ ਇਹ ਛੇ ਮਿੰਟ ਤੋਂ ਬਾਅਦ ਇੱਕ ਡਿਜਿਟ ਆਉਂਦਾ ਇਹ ਵਾਲੇ ਜਿਹੜੇ ਨੇ ਇਹ 6 ਮਿੰਟ ਤੋਂ ਬਾਅਦ ਇੱਕ ਡਿਜਿਟ ਆਉਂਦਾ। ਇਹ 6 ਮਿੰਟ ਤੋਂ ਬਾਅਦ ਇੱਕ ਡਿਜਿਟ ਆਉਂਦਾ। ਸਹੀ ਹੈ, ਤੇ ਉਹਦੇ ਨਾਲ ਜਿਹੜੀ ਡੱਬੀ ਬਣੀ ਹੋਈ ਹੈ, ਡੱਬੀ ਉਹ ਰੋਟੇਟ ਕਰਦੀ ਰਹਿੰਦੀ ਹੈ, ਉਹ ਆਪਣਾ ਉਹ ਨਾਲ ਰੋਟੇਟ ਉਹ ਰੋਟੇਟ ਕਰਕੇ ਇਹਨੂੰ ਗੇੜਦੀ ਹੈ। ਇਹ 6 ਮਿੰਟਾਂ 'ਚ ਇਹ ਡਿੱਗ ਜਾਂਦਾ ਹੈ, ਇਹ ਜਿਵੇਂ ਡਿੱਗਦਾ ਇਹ 10 ਪੂਰੇ ਹੁੰਦੇ ਨੇ ਜਦੋਂ ਘੰਟਾ ਡਿੱਗ ਪੈਂਦਾ। ਸਹੀ ਹੈ, ਇਹ ਤਾਂ ਇਹ ਬੇਸਿਕ ਜਿਹਾ ਫਾਰਮੂਲਾ ਵਾ, ਬਸ ਥੋੜੀ ਸਾਰ ਬੈਠੇ ਜੀ, ਮੈਂ ਦਵਾਈ ਦਾ ਦੱਸ ਦਿੱਤਾ ਹੁਣ। ਸਹੀ, ਅੱਛਾ, ਇਹ ਕੁਛ ਇਹ ਹੋਰ ਤੇ ਦੇ ਵਿੱਚ ਹੈ। ਸਹੀ ਹੈ ਜੀ, ਬੇਸਿਕ ਇਹ ਹੀ ਚੀਜ਼ ਹੈ, ਆਰਪੀ ਮੀਟਰ ਦਾ ਇਹੀ ਹੁੰਦਾ ਰਨ ਪਰ ਮਿੰਟ। ਸਹੀ ਹੈ ਜੀ, ਲਿਖੀ ਹੁੰਦੀ ਵਿੱਚ ਆਵਰ ਐਟ ਦਾ ਰੇਟ ਆਫ 1800। ਸਹੀ ਹੈ, ਤੇ ਕੁਛ ਹੋਰ ਵੀ ਬਾਹਰ ਦੇ ਮੀਟਰ ਪਿਛਲੇ ਦਿਨ ਮੈਂ ਵੀ ਰਿਪੋਰਟ ਕੀਤੇ ਸੀ, ਤੁਸੀਂ ਵੀ ਕੀਤੇ ਸੀਗੇ, ਉਹ ਦੇਖੋ ਉਹਨਾਂ ਦੇ ਲਿਖਿਆ ਹੋਇਆ। ਹਾਂਜੀ, ਬਲਕਿ ਦੋਸਤ ਨੇ ਭੇਜੀ ਸੀ, ਉਹਦੇ ਉੱਪਰ ਵੀ ਲਿਖਿਆ ਹੋਇਆ ਹੈ। ਹਾਂਜੀ, ਇਹ ਤਾਂ ਇਹੀ ਫੰਡਾ ਹੈ ਜੀ, ਛੋਟਾ ਜਿਹਾ ਹੋਰ ਤਾਂ ਜਿਆਦਾ ਕੋਈ ਸ਼ੇਪ ਨਹੀਂ। ਸਹੀ ਹੈ ਜੀ, ਕੰਪਲੀਕੇਟਡ ਤਾਂ ਕੋਈ ਚੀਜ਼। ਤੇ ਇਹ ਜੋ ਸਭ ਮੀਟਰ ਦੇ ਵਿੱਚ ਜਿਹੜਾ ਇਹਨਾਂ ਨੇ ਰੈੱਡ ਬਣਾਇਆ, ਇਹ ਹਾਂ ਇਹ ਚੀਜ਼ ਦੱਸਣ ਵਾਲੀ ਹੈ, ਇਹ ਹੈ ਆਈਡਲਿੰਗ ਲਿਖਿਆ ਹੋਇਆ। ਹਾਂਜੀ, ਆਈਡੀਅਲ ਸਪੀਡ। ਸਹੀ, ਕਿ ਇਹ ਹੁਣ 700 ਤੇ ਹੈ, ਇਹ 700 ਦੇ ਅਗਰ ਟਰੈਕਟਰ ਖੜਾ ਰਹੇਗਾ ਨਾ, ਹਾਂਜੀ, ਤੇ ਫਿਰ ਉਹ ਟਰੈਕਟਰ ਆਪਣਾ ਗਰਮ ਨਹੀਂ ਹੁੰਦਾ ਫਸਟ ਆਫ ਆਲ ਤਾਂ, ਕਿਉਂਕਿ ਪੱਖੇ ਦੇ ਚੱਕਰ ਉਨੇ ਕੁ ਹੋ ਜਾਂਦੇ ਆ ਵਾਟਰ ਬਾਡੀ ਦੇ, ਪਾਣੀ ਸਰਕੂਲੇਟ ਕਰ ਜਾਂਦਾ ਔਰ ਉਨੀ ਹਵਾ ਪਿੱਛੇ ਖਿੱਚ ਲੈਂਦਾ। 700 ਤੇ ਰਹਿਣਾ ਚਾਹੀਦਾ ਹੈ।
अगर 540 चक्कर रूटर दे लैणे या पीटीओ शाफट दे ते ओ चलदे दे विच 1800 होना चाहिए 1800 होना चाहिए। तो जोसफ एक चीज़ होर माड़ी जी दस्यो भी आम तौर पर लोगों का जेहन भी कई शायद पता हो कई ना भी पता हो भी रूटावेटर जो पिछले चलता पाया छुरी घूमदिया पे छुरी जो घूमदियाँ गेयर बक्सा थले छुरी की स्पीड में तेज़ करता या घट करता मान लो एक आम रूटर के चक्कर किन्ने तक गिण दे तकरीबन जो मेजर किए हुए ना तकरीबन 225 तक साढ़े को तो गए सही है जो मेजर यानी अद्धो अद थले घट होंगे जे आप चक्कर तेज कर दई चक्कर तेज करेंगे ट्रैक्टर ओवरलोड होगा सही है अक्सर आप रूटर घुमा रहा हूं वैसे थोड़ा दंग हो रहा हाँ जी सारे अपना चक्कर मोटे बड़े बटे हो गए कई लोग गल अड़ी हुई है थैंक्स फॉर वाचिंग ट्रैक्टर ज़ोन।